ਦੋ ਗੱਡੀਆਂ ਦੀ ਟੱਕਰ 'ਚ ਆਟੋ ਦਾ ਹੋਇਆ ਭਾਰੀ ਨੁਕਸਾਨ, ਗੱਡੀਆਂ ਸਮੇਤ ਆਟੋ ਦੇ ਵੀ ਉੱਡੇ ਪਰ ਖੱਚੇ। ਵੇਖੋ ਕਿਵੇਂ ਗੱਡੀ ਦੇ ਟਾਇਰ ਹੋ ਗਏ ਅਲੱਗ। ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਜਿੱਥੇ ਓਡੀ ਤੇ ਕਰੇਟਾ ਕਾਰ ਦੀ ਭਿਆਨਕ ਟੱਕਰ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਹ ਇੱਕ ਆਟੋ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਲੈਂਦੇ ਨੇ, ਜਿਸ ਦੇ ਵਿੱਚ ਆਟੋ ਚਾਲਕ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਆਟੋ 'ਚ ਬੈਠੀਆਂ ਸਵਾਰੀਆਂ ਸਹੀ ਸਲਾਮਤ ਹੁੰਦੀਆਂ ਨੇ। ਪਰ ਇਸ ਦੇ ਵਿੱਚ ਆਟੋ ਦਾ ਭਾਰੀ ਨੁਕਸਾਨ ਹੋਇਆ ਤੇ ਇਸ ਦੇ ਨਾਲ ਹੀ ਗੱਡੀਆਂ ਵੀ ਨੁਕਸਾਨੀਆਂ ਜਾਂਦੀਆਂ ਨੇ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ, ਜਿੱਥੇ ਆਪਸੀ ਗਲਤੀ ਕਾਰਨ ਦੋ ਕਾਰਾਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ, ਜਿਸ ਦੇ ਵਿੱਚ ਆਟੋ ਵੀ ਆ ਜਾਂਦਾ ਹੈ ਤੇ ਇਸ ਦੇ ਚਾਲਕ ਦੇ ਸੱਟਾਂ ਲੱਗਦੀਆਂ ਨੇ। ਤਾਂ ਮਿਲੀ ਜਾਣਕਾਰੀ ਅਨੁਸਾਰ ਦੋਨਾਂ ਗੱਡੀਆਂ ਦੀ ਰਫ਼ਤਾਰ ਕਾਫੀ ਤੇਜ਼ ਸੀ, ਜਿਸ ਕਾਰਨ ਇਹ ਹਾਦਸਾ ਹੋਇਆ ਸੀ। ਤਾਂ ਇਸ ਹਾਦਸੇ ਦੇ ਵਿੱਚ ਦੱਸ ਦਈਏ ਕਿ ਗੱਡੀ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ। ਤਾਂ ਕਰੇਟਾ ਕਾਰ ਦਾ ਵੇਖ ਸਕਦੇ ਹੋ ਕੀ ਹਾਲ ਹੋਇਆ, ਇਸ ਦੇ ਅੱਗੇ ਵਾਲਾ ਟਾਇਰ ਤਾਂ ਅਲੱਗ ਹੀ ਹੋ ਜਾਂਦਾ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਪੁਲਿਸ ਪਹੁੰਚਦੀ ਹੈ ਤੇ ਦੋਨਾਂ ਗੱਡੀਆਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੰਦੀ ਹੈ। ਹਾਂਜੀ, ਅੱਜ ਮੋਰਨਿੰਗ ਦੇ ਵਿੱਚ ਕਰੀਬ 9:30 ਦੇ ਕਰੀਬ ਇੱਕ ਔਡੀ ਗੱਡੀ ਜਿਹੜੀ 11 ਫੇਸ ਵੱਲੋਂ ਆ ਰਹੀ ਸੀਗੀ, ਇੱਕ ਕਰੇਟਾ ਗੱਡੀ ਜਿਹੜੀ 10 ਤੋਂ 11 ਫੇਸ ਵੱਲ ਜਾ ਰਹੀ ਸੀਗੀ, ਇਹਨਾਂ ਦਾ ਚੌਂਕ ਦੇ ਵਿੱਚ ਕੋਈ ਮਿਸਅੰਡਰਸਟੈਂਡਿੰਗ ਹੋਣ ਕਰਕੇ ਆਪਸ ਵਿੱਚ ਕਲੀਜ਼ਨ ਹੋ ਗਿਆ। ਜਿਹੜੇ ਕਲੀਜ਼ਨ ਦੇ ਵਿੱਚ ਇੱਕ ਆਟੋ ਚਾਲਕ ਸੀਗਾ ਉਹ ਆ ਗਿਆ, ਉਹਦਾ ਆਟੋ ਦੋਨੋਂ ਗੱਡੀਆਂ ਆਪਸ ਟੱਕਰੀਆਂ, ਫਿਰ ਇੱਕ ਆਟੋ ਦੇ ਵਿੱਚ ਵੱਜੀਆਂ ਅਤੇ ਤਕਰੀਬਨ ਜਿਹੜੇ ਇਹਦੇ ਵਿੱਚ ਕਾਰ ਚਾਲਕ ਹੈਗੇ ਨੇ ਉਹ ਸਹੀ ਸਲਾਮਤ ਨੇ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਆਟੋ ਦੇ ਵਿੱਚ ਜਿਹੜੀਆਂ ਸਵਾਰੀਆਂ ਸੀਗੀਆਂ ਉਹ ਸੇਫ ਨੇ ਬਿਲਕੁਲ, ਅਤੇ ਜਿਹੜਾ ਆਟੋ ਚਾਲਕ ਹੈ ਉਹ ਇੰਜਰਡ ਹੋਇਆ, ਉਹ ਜੇਰੇ ਇਲਾਜ ਹੈਗਾ 6 ਫੇਸ ਹੋਸਪਿਟਲ ਜਿਹਨੂੰ ਪਹੁੰਚਾ ਦਿੱਤਾ ਸੀ, ਉੱਥੇ ਹਾਲੇ ਜੇਰੇ ਇਲਾਜ ਹੈਗਾ ਜੀ। ਹਾਂਜੀ, ਹੁਣ ਹੋਸਪਿਟਲ ਦੇ ਵਿੱਚ ਜਿਹੜੇ ਇਲਾਜ ਹੈ ਗੱਡੀਆਂ ਵਾਲੇ ਨੂੰ ਵੀ ਬੁਲਾਇਆ ਸੀਗਾ, ਹਾਲੇ ਆਪਸੀ ਇਹਨਾਂ ਦੇ ਵਿੱਚ ਗੱਲਬਾਤ ਚੱਲ ਰਹੀ, ਉਹਦਾ ਇਲਾਜ ਕਰਵਾ ਰਹੇ ਨੇ ਪਹਿਲਾਂ ਤਾਂ ਪ੍ਰਾਇਮਰੀ ਜਿਹੜਾ ਹੈਗਾ ਆਟੋ ਵਾਲੇ ਦਾ, ਇਸ ਤੋਂ ਬਾਅਦ ਜਿਹੜੀ ਜੋ ਸਾਨੂੰ ਸਟੇਟਮੈਂਟ ਦੇਵੇਗਾ ਜਾਂ ਜਿਸ ਮੁਤਾਬਕ ਸਟੇਟਮੈਂਟ ਲਿਖਾਏਗਾ ਉਹ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦੋ ਗੱਡੀਆਂ ਦੀ ਟੱਕਰ 'ਚ ਆਟੋ ਦਾ ਹੋਇਆ ਭਾਰੀ ਨੁਕਸਾਨ, ਗੱਡੀਆਂ ਸਮੇਤ ਆਟੋ ਦੇ ਵੀ ਉੱਡੇ ਪਰ ਖੱਚੇ। ਵੇਖੋ ਕਿਵੇਂ ਗੱਡੀ ਦੇ ਟਾਇਰ ਹੋ ਗਏ ਅਲੱਗ। ਤਾਂ ਦੱਸ ਦਈਏ ਕਿ ਵੱਡਾ ਹਾਦਸਾ ਹੋਇਆ ਜਿੱਥੇ ਓਡੀ ਤੇ ਕਰੇਟਾ ਕਾਰ ਦੀ ਭਿਆਨਕ ਟੱਕਰ ਹੋ ਜਾਂਦੀ ਹੈ, ਜਿਸ ਤੋਂ ਬਾਅਦ ਇਹ ਇੱਕ ਆਟੋ ਨੂੰ ਵੀ ਆਪਣੀ ਚਪੇਟ ਦੇ ਵਿੱਚ ਲੈ ਲੈਂਦੇ ਨੇ, ਜਿਸ ਦੇ ਵਿੱਚ ਆਟੋ ਚਾਲਕ ਨੂੰ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਆਟੋ 'ਚ ਬੈਠੀਆਂ ਸਵਾਰੀਆਂ ਸਹੀ ਸਲਾਮਤ ਹੁੰਦੀਆਂ ਨੇ। ਪਰ ਇਸ ਦੇ ਵਿੱਚ ਆਟੋ ਦਾ ਭਾਰੀ ਨੁਕਸਾਨ ਹੋਇਆ ਤੇ ਇਸ ਦੇ ਨਾਲ ਹੀ ਗੱਡੀਆਂ ਵੀ ਨੁਕਸਾਨੀਆਂ ਜਾਂਦੀਆਂ ਨੇ। ਤਾਂ ਦੱਸ ਦਈਏ ਕਿ ਪੂਰਾ ਮਾਮਲਾ ਮੋਹਾਲੀ ਤੋਂ ਸਾਹਮਣੇ ਆਇਆ, ਜਿੱਥੇ ਆਪਸੀ ਗਲਤੀ ਕਾਰਨ ਦੋ ਕਾਰਾਂ ਦੀ ਆਪਸ ਦੇ ਵਿੱਚ ਟੱਕਰ ਹੋ ਜਾਂਦੀ ਹੈ, ਜਿਸ ਦੇ ਵਿੱਚ ਆਟੋ ਵੀ ਆ ਜਾਂਦਾ ਹੈ ਤੇ ਇਸ ਦੇ ਚਾਲਕ ਦੇ ਸੱਟਾਂ ਲੱਗਦੀਆਂ ਨੇ। ਤਾਂ ਮਿਲੀ ਜਾਣਕਾਰੀ ਅਨੁਸਾਰ ਦੋਨਾਂ ਗੱਡੀਆਂ ਦੀ ਰਫ਼ਤਾਰ ਕਾਫੀ ਤੇਜ਼ ਸੀ, ਜਿਸ ਕਾਰਨ ਇਹ ਹਾਦਸਾ ਹੋਇਆ ਸੀ। ਤਾਂ ਇਸ ਹਾਦਸੇ ਦੇ ਵਿੱਚ ਦੱਸ ਦਈਏ ਕਿ ਗੱਡੀ ਦੇ ਪਰਖੱਚੇ ਤੱਕ ਉੱਡ ਜਾਂਦੇ ਨੇ। ਤਾਂ ਕਰੇਟਾ ਕਾਰ ਦਾ ਵੇਖ ਸਕਦੇ ਹੋ ਕੀ ਹਾਲ ਹੋਇਆ, ਇਸ ਦੇ ਅੱਗੇ ਵਾਲਾ ਟਾਇਰ ਤਾਂ ਅਲੱਗ ਹੀ ਹੋ ਜਾਂਦਾ ਹੈ। ਤਾਂ ਇਹ ਮੌਕੇ ਦੀਆਂ ਤਸਵੀਰਾਂ ਨੇ ਜਿੱਥੇ ਪੁਲਿਸ ਪਹੁੰਚਦੀ ਹੈ ਤੇ ਦੋਨਾਂ ਗੱਡੀਆਂ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੰਦੀ ਹੈ। ਹਾਂਜੀ, ਅੱਜ ਮੋਰਨਿੰਗ ਦੇ ਵਿੱਚ ਕਰੀਬ 9:30 ਦੇ ਕਰੀਬ ਇੱਕ ਔਡੀ ਗੱਡੀ ਜਿਹੜੀ 11 ਫੇਸ ਵੱਲੋਂ ਆ ਰਹੀ ਸੀਗੀ, ਇੱਕ ਕਰੇਟਾ ਗੱਡੀ ਜਿਹੜੀ 10 ਤੋਂ 11 ਫੇਸ ਵੱਲ ਜਾ ਰਹੀ ਸੀਗੀ, ਇਹਨਾਂ ਦਾ ਚੌਂਕ ਦੇ ਵਿੱਚ ਕੋਈ ਮਿਸਅੰਡਰਸਟੈਂਡਿੰਗ ਹੋਣ ਕਰਕੇ ਆਪਸ ਵਿੱਚ ਕਲੀਜ਼ਨ ਹੋ ਗਿਆ। ਜਿਹੜੇ ਕਲੀਜ਼ਨ ਦੇ ਵਿੱਚ ਇੱਕ ਆਟੋ ਚਾਲਕ ਸੀਗਾ ਉਹ ਆ ਗਿਆ, ਉਹਦਾ ਆਟੋ ਦੋਨੋਂ ਗੱਡੀਆਂ ਆਪਸ ਟੱਕਰੀਆਂ, ਫਿਰ ਇੱਕ ਆਟੋ ਦੇ ਵਿੱਚ ਵੱਜੀਆਂ ਅਤੇ ਤਕਰੀਬਨ ਜਿਹੜੇ ਇਹਦੇ ਵਿੱਚ ਕਾਰ ਚਾਲਕ ਹੈਗੇ ਨੇ ਉਹ ਸਹੀ ਸਲਾਮਤ ਨੇ, ਕੋਈ ਜਾਨੀ ਨੁਕਸਾਨ ਨਹੀਂ ਹੋਇਆ ਅਤੇ ਆਟੋ ਦੇ ਵਿੱਚ ਜਿਹੜੀਆਂ ਸਵਾਰੀਆਂ ਸੀਗੀਆਂ ਉਹ ਸੇਫ ਨੇ ਬਿਲਕੁਲ, ਅਤੇ ਜਿਹੜਾ ਆਟੋ ਚਾਲਕ ਹੈ ਉਹ ਇੰਜਰਡ ਹੋਇਆ, ਉਹ ਜੇਰੇ ਇਲਾਜ ਹੈਗਾ 6 ਫੇਸ ਹੋਸਪਿਟਲ ਜਿਹਨੂੰ ਪਹੁੰਚਾ ਦਿੱਤਾ ਸੀ, ਉੱਥੇ ਹਾਲੇ ਜੇਰੇ ਇਲਾਜ ਹੈਗਾ ਜੀ।
ਹਾਂਜੀ ਹੁਣ ਹੌਸਪੀਟਲ ਦੇ ਵਿੱਚ ਜਿਹੜੇ ਇਲਾਜ ਹੈ ਗੱਡੀਆਂ ਵਾਲੇ ਨੂੰ ਵੀ ਬੁਲਾਇਆ ਸੀਗਾ, ਹਲੇ ਆਪਸੀ ਇਹਨਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ, ਉਹਦਾ ਇਲਾਜ ਕਰਵਾ ਰਹੇ ਨੇ ਪਹਿਲਾਂ ਤਾਂ ਪ੍ਰਾਇਮਰੀ ਜਿਹੜਾ ਹੈਗਾ ਆਟੋ ਵਾਲੇ ਦਾ। ਇਸ ਵਾਰ ਜਿਹੜੀ ਜੋ ਸਾਨੂੰ ਸਟੇਟਮੈਂਟ ਦੇਗਾ ਜਾਂ ਜਿਸ ਮੁਤਾਬਕ ਸਟੇਟਮੈਂਟ ਲਿਖਾਏਗਾ ਉਹ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।